ओए भुआ दी ट्रेन आंदी होवेगी भतीजे, भुआ तो जरा बच के रही, थोड़ी वखरी जी है मेरी भुआ। क्यों एहो जी केड़ी गल है भुआ विच? ओए छेती पता लग जावेगा। ए आ गई उन्हां दी ट्रेन। मेरी पैना भुआ जी। ओए पुत्तर जिंदा रहे, जिंदा रहे। वाह भुआ जी, तुसी तां बड़े ताकतवर हो। ताकतवर तां होवांगी, बादाम खानी आ, ताकत बनानी आ। ओ वेखो मैं समान उतारन वास्ते कुली नूं बुला लैना। ओ कुली दी की लोड़ है पुत्तर, इन्ना ज्यादा समान है, एदे लई तां तूं कल्ला ही काफी है पुत्तर, होर नहीं तां। ओ भतीजे की हाल है? ठीक आ। हुण तो मैनूं याद नहीं करदा। चाचू मैं तुहाडी मदद करदा। ओए तू तां अजे बच्चा है, अजे तां तेरी खेडन कुद्दन दी उमर है, होर नहीं तां। ऐ की चीज है, कोई गड्डी छड्डी है तेरी? हैं वेखा तां किवें चलदी है, ऐ चलनी मक्खन वर्गी। ओए ए की हो रिया जी? ओ की गल हो गई पुत्तर, इन्नी छेती थक गया? ओए ए स्कूटर मैं चलानी आ, होर नहीं तां। भुआ जी तुसी स्कूटर चलाओगे? पुत्तर मैं तां ट्रक्का नाल रेसा च फर्स्ट आंदी सी। फिर तेरा स्कूटर की चीज है, होर नहीं तां। अपने तो ज्यादा समान नु संभालनी, होर नहीं तां। भुआ जी ओए हट। ओ भुआ तरस खा। ओए हट जा। बहुत सालों बाद स्कूटर हाथ आया है। दरख्तां ते असी करदे हैंग, चोरी विच नंबर वन है नान चाकू गैंग। अगला शिकार आ रहा है, नान चाकू गैंग तैयार हो जाओ। चलाईदा है स्कूटर भुआ वांगर। वैसे बलवंत पुत्तर मेरा समान तो ठीक है ना, हैं? अंदर लेके आ जा। हां जी भुआ समान ठीक है। चाचू भुआ जी तीन सूटकेस ले आई सी, एथे तो सिर्फ दो ही ने, तीजा किथे है? ओए ओए तीजा सूटकेस गायब, ओए हुण की करिए? चाचू मैं वापस जाके देखदा किथे सूटकेस रस्ते विच तां नहीं डिग पिया, पर भुआ जी नु इस बारे कुछ नहीं पता लगना चाहिदा, नहीं ता बहुत गुस्सा करनगे, तुसी ओना नु किसी तरह बिजी रखे। ओके ओए फिकर नॉट भतीजे, जे पता लग गया ओनु ते ओदा गुस्सा बड़ा खतरनाक है। की होया अंकल जी, कुछ गुआच गया तोड़ा? की दसा पुत्तर, मैं आज सवेरे ट्रेन तो आ रहा सी ते घर जा रहा सी, टैक्सी दे ऊपर मैं समान रखिया सी, पर मेरा ते एक सूटकेस ही गायब है, ओही लभ रहा, किते इत्थे ते नहीं डिग गया? ए सूटकेस किथे गायब हो गया? जमीन खा गई जा समान खा गया? इस दरख्त दी टाणी उत्ते खरोच दे निशान किवें, ते ए सिर्फ इसे दरख्त ते ने, बाकी नाल दे दरख्तां उत्ते तां कोई निशान नहीं है। कुछ तां गड़बड़ है। ਹੁਣ ਸਮਝਿਆ। ਓਏ ਕੀ ਹੋਇਆ ਬਲਵੰਤ, ਕੁੱਕਰ ਤਾਂ ਚੜਾਇਆ ਹੈ ਨਾ, ਅਜੇ ਤੱਕ ਸੀਟੀ ਕਿਉਂ ਨਹੀਂ ਵੱਜੀ ਭਲਾ? ਹੈ ਸੀਟੀ? ਓਏ ਸੀਟੀ ਵੱਜਦੇ ਰਹੀ ਹੈ। ਓਏ ਓਏ ਮੈਂ ਕਿੱਥੇ ਫਸ ਗਿਆ? ਇਹ ਕੁੱਕਰ ਲਾਉਂਦੇ ਕਿਵੇਂ ਨੇ ਪਤਾ ਨਹੀਂ ਲੱਗ ਰਿਹਾ। ਓਏ ਪਤੀ ਜੀ, ਉਹ ਭੂਆ ਦੇ ਗਵਾਚੇ ਸੂਟਕੇਸ ਦਾ ਕੁਝ ਪਤਾ ਚੱਲਿਆ? ਚਾਚੂ
ਪੁਆ ਜੀ ਦਾ ਸੂਟਕੇਸ ਕੱਲ ਮਿਲ ਜਾਊਗਾ। ਇੱਕ ਚੋਰਾਂ ਦੀ ਟੋਲੀ ਹੈ ਜਿਹਨੂੰ ਅਸੀਂ ਕੱਲ ਰੰਗੇ ਹੱਥ ਫੜਾਂਗੇ। ਓ ਕੀ ਬਲਵੰਤ, ਤੂੰ ਮੇਰਾ ਸੂਟਕੇਸ ਗਵਾ ਦਿੱਤਾ ਹੈ। ਪੁਆ, ਅਸੀਂ ਉਹਨੂੰ ਵਾਪਸ ਲੈ ਆਵਾਂਗੇ। ਉਹ ਫਿਕਰ ਨਾ ਕਰ। ਸੂਟਕੇਸ ਨੂੰ ਵਾਪਸ ਤਾਂ ਹੁਣ ਮੈਂ ਹੀ ਲਿਆਵਾਂਗੀ, ਹੋਰ ਨਹੀਂ ਤਾਂ। ਪੁਆ, ਉਹ ਤੁਸੀਂ ਕਿਉਂ ਤਕਲੀਫ ਕਰਦੇ ਹੋ? ਮੈਂ ਹਾਂ ਨਾ, ਮੈਂ ਉਹਨੂੰ ਵਾਪਸ ਲੈ ਆਵਾਂਗਾ। ਨਾ ਨਾ, ਇੱਕ ਵਾਰ ਸੂਟਕੇਸ ਮੈਂ ਤੇਰੇ ਭਰੋਸੇ ਛੱਡ ਦਿੱਤਾ, ਹੁਣ ਦੂਜੀ ਵਾਰ ਇਹ ਰਿਸਕ ਮੈਂ ਨਹੀਂ ਲੈ ਸਕਦੀ, ਹੋਰ ਨਹੀਂ ਤਾਂ ਮੇਰਾ ਸੂਟਕੇਸ ਹੁਣ ਮੈਂ ਆਪ ਹੀ ਲੱਭਾਂਗੀ। ਉਹ ਭਤੀਜੇ, ਦੱਸ ਤਾਂ ਪੁੱਤਰ, ਉਹ ਚੋਰ ਮੈਨੂੰ ਕਿੱਥੇ ਮਿਲਣਗੇ? ਚੋਰਾਂ ਦੀ ਟੋਲੀ, ਉਹ ਦਰਖਤਾਂ ਉੱਤੇ ਲੁਕ ਕੇ ਗੱਡੀਆਂ ਦੇ ਉੱਤੋਂ ਸੂਟਕੇਸ ਚੋਰੀ ਕਰਦੇ ਨੇ। ਹੁਣੇ ਵੇਖਦੀ ਆ। ਓਏ ਚੋਰ, ਮੇਰਾ ਸੂਟਕੇਸ ਵਾਪਸ ਕਰ ਦੇ। ਦਰਖਤਾਂ ਤੇ ਅਸੀਂ ਕਰਦੇ ਹੈਂਗ, ਚੋਰੀ ਵਿੱਚ ਨੰਬਰ 1 ਹੈ ਨਾਨ ਚਾਕੂ ਗੈਂਗ। ਭੂਆ ਜੀ ਧਿਆਨ ਨਾਲ, ਅੱਗੇ ਵੇਖੋ ਟਰੱਕ ਹੈ। ਮੇਰਾ ਲਾਲ ਰੰਗ ਦਾ ਸੂਟਕੇਸ। ਓਏ, ਤੁਸੀਂ ਚੋਰਾ ਦੀ ਹਿੰਮਤ ਕਿਵੇਂ ਹੋਈ ਮੇਰੇ ਬੈਗ ਨੂੰ ਹੱਥ ਲਾਉਣ ਦੀ? ਹੈ ਓ ਦਾਦੀ ਜੀ, ਆਪਣੀ ਉਮਰ ਦਾ ਤੇ ਲਿਹਾਜ਼ ਕਰੋ। ਸੂਟਕੇਸ ਥੱਲੇ ਰੱਖੋ ਤੇ ਨਿਕਲ ਜਾਓ ਇੱਥੋਂ। ਹਾਂ ਓਏ, ਖਬਰਦਾਰ ਜੀ, ਮੇਰੀ ਭੂਆ ਨਾਲ ਕੋਈ ਬਦਤਮੀਜ਼ੀ ਕੀਤੀ ਤੇ ਓਏ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਓਹੋ, ਲੱਗਦਾ ਹੈ ਪੂਰੀ ਫੈਮਿਲੀ ਆਈ ਹੈ। ਇਹਨਾਂ ਨੂੰ ਨਾਨ ਚਾਕੂ ਗੈਂਗ ਦਾ ਕਮਾਲ ਵਿਖਾਉਣਾ ਹੀ ਪਊਗਾ। ਦਰਖਤਾਂ ਤੇ ਅਸੀਂ ਕਰਦੇ ਹੈਂਗ, ਚੋਰੀ ਵਿੱਚ ਨੰਬਰ 1 ਹੈ ਨਾਨ ਚਾਕੂ ਗੈਂਗ। ਇੱਧਰ ਦੇ, ਇਹਨਾਂ ਗੁੰਡਿਆਂ ਨੂੰ ਮੈਂ ਆਪਣੀ ਕਲਾਬਾਜ਼ੀ ਤਾਂ ਦਿਖਾਈ ਦਿੰਨੀ ਆ, ਹੋਰ ਨਹੀਂ ਤਾਂ। ਅੱਛਾ, ਤੇ ਅਸੀਂ ਵੀ ਵੇਖਦੇ ਆਂ ਫਿਰ। ਓਏ ਭਤੀਜੇ, ਇੱਕ ਡਾਂਗ ਮੈਨੂੰ ਵੀ ਫੜਾ ਫੇਰ। ਆਲੋ, ਆ ਹੁਣ ਤੁਹਾਨੂੰ ਪਿਲਾਉਣਾ ਛੜੀ ਦਾ ਦੁੱਧ। ਓਏ ਡਾਂਗਾ ਚਲਾਉਣੀਆਂ ਨਹੀਂ ਆਉਂਦੀਆਂ ਤਾਂ ਕੀ ਹੋਇਆ? ਡਾਂਡੀਆ ਵਿੱਚ ਤਾਂ ਐਕਸਪਰਟ ਹਾਂ। ਨੱਚਣਾ ਨਹੀਂ ਹੈ, ਇਹਨਾਂ ਨੂੰ ਮਾਰਨਾ ਹੈ। ਬਸ ਬਹੁਤ ਹੋ ਗਿਆ, ਹੁਣ ਮੈਂ ਆਪਣਾ ਬੈਗ ਲੈ ਕੇ ਹੀ ਰਵਾਂਗੀ। ਆ ਜਾਓ। ਹੋਇਆ ਡਾਂਡੀਆ ਪਸੰਦ ਨਹੀਂ ਆਇਆ? ਆਹਾ, ਬਦਾਮ ਖਾਓ, ਸਿਹਤ ਬਣਾਓ, ਹੋਰ ਨਹੀਂ ਤਾਂ। ਵਾਹ ਭੂਆ, ਤੁਸੀਂ ਤਾਂ ਕਮਾਲ ਕਰ ਦਿੱਤਾ। ਲੱਗਦਾ ਹੈ ਤੁਹਾਡੇ ਸੂਟਕੇਸ ਵਿੱਚ ਕੋਈ ਜ਼ਰੂਰੀ ਸਮਾਨ ਸੀ ਜਿਸ ਲਈ ਤੁਸੀਂ ਇਹਨਾਂ ਗੁੰਡਿਆਂ ਨਾਲ ਲੜ ਪਏ। ਵੇਖ ਲੋ ਪੁੱਤਰ, ਇਸ ਸੂਟਕੇਸ ਵਿੱਚ ਅਚਾਰ ਹੈ ਜਿਹੜਾ ਮੈਂ ਤੁਹਾਡੇ ਲਈ ਆਪਣੇ ਹੱਥਾਂ ਨਾਲ ਬਣਾਇਆ ਹੈ। ਹਾਂ, ਚਲੋ ਹੁਣ ਖਾ।
ਖਾ ਕੇ ਤਾਂ ਵੇਖੋ। ਬਾਪੂਆ ਜੀ, ਇਹ ਅਚਾਰ ਤਾਂ ਵਾਕਈ ਬੜਾ ਸਵਾਦੀ ਹੈ। ਓਏ ਕਿਉਂ ਨਾ ਹੋਵੇ, ਆਖਿਰ ਮੇਰੀ ਭੂਆ ਨੇ ਮੇਰੇ ਲਈ ਬਣਾਇਆ ਹੈ। ਓਏ ਇਸ ਤੋਂ ਕੀਮਤੀ ਚੀਜ਼ ਤੇ ਕੋਈ ਹੋ ਹੀ ਨਹੀਂ ਸਕਦੀ ਪੁੱਤਰ। ਹਾਂ ਰੋਟੀਆਂ ਰੇੜੀ ਹੈ ਤੇ ਸਮੋਸੇ ਵੀ। ਐ ਲੋ ਸਭ ਖਾ ਲੋ। ਆ ਗਏ ਸਭ ਲੋਕ ਮੇਰੇ ਕਿਚਨ ਦਾ ਤਮਾਸ਼ਾ ਵੇਖਣ। ਕਮਲ ਵਾਲਾ ਬਾਬਾ ਠੀਕ ਕਹਿੰਦਾ ਹੈ, ਡਿੱਗਣ ਵਾਲੇ ਨੂੰ ਚੁੱਕਣ ਕੋਈ ਨਹੀਂ ਆਏਗਾ, ਪਰ ਉਹਦੇ ਤੇ ਹੱਸਣ ਲਈ ਸਭ ਆਣਗੇ। ਆਓ ਵੇਖੋ, ਹੱਸੋ, ਤਾੜੀਆਂ ਵਜਾਓ। ਓਏ ਕੀ ਗੱਲ ਹੈ ਮਿਮਿਕਰੀ ਭਰਾ, ਅੱਜ ਬੜੇ ਗੁੱਸੇ ਚ ਹੈ। ਗੁੱਸਾ ਨਹੀਂ ਹੈ ਚਾਚਾ, ਇਹ ਅੰਨਾ ਦਾ ਸਟਾਈਲ ਹੈ। ਅੱਜ ਮੈਂ ਅੰਨਾ ਹਾਂ। ਹੈਲੋ, ਹਾਂਜੀ ਜੀ, ਥੈਂਕ ਯੂ। ਜ਼ਿੰਦਾਬਾਦ ਜ਼ਿੰਦਾਬਾਦ, ਮੇਰਾ ਟਾਬਾ ਜ਼ਿੰਦਾਬਾਦ। ਮੇਰੇ ਟਾਬੇ ਦੇ ਸਿਤਾਰੇ ਬਦਲਣਗੇ, ਇਹ ਟਾਬਾ 1, 2, 3 ਨਹੀਂ ਸਿੱਧਾ 5 ਸਟਾਰ ਹੋ ਜਾਏਗਾ। ਮਿਮਿਕਰੀ, ਇੱਕ ਵਾਰੀ ਤੂੰ ਫਿਲਮਾਂ ਵਿੱਚ ਸਟਾਰ ਬਣ ਸਕਦਾ ਹੈ, ਪਰ ਤੇਰੇ ਟਾਬੇ ਨੂੰ 5 ਸਟਾਰ ਕਦੇ ਨਹੀਂ ਮਿਲ ਸਕਦੇ। ਬੋਲੇ ਭੱਲਾ ਸਾਹਿਬ ਵੀ ਬੋਲੇ, ਪਰ ਭੱਲਾ ਜੀ ਕਾਂ ਦੇ ਕਹਿਣ ਦੇ ਨਾਲ ਹੰਸ ਦੀ ਚਾਲ ਨਹੀਂ ਬਦਲਦੀ। ਇਹ ਆਪਣੇ ਆਪ ਨੂੰ ਹੰਸ ਸਮਝ ਰਿਹਾ ਹੈ। ਓ ਜੀ ਭੱਲਾ ਜੀ, ਇਹ ਤੇ ਤੁਹਾਨੂੰ ਕਾਂ ਕਹਿ ਰਿਹਾ ਹੈ। ਕੀ ਤੂੰ ਮੈਨੂੰ ਕਾਂ ਕਿਹਾ? ਪਰ ਮਿਮਿਕਰੀ ਅੰਕਲ, ਇਹ ਸਟਾਰ ਤਾਂ ਫੂਡ ਇੰਸਪੈਕਟਰ ਹੀ ਦੇ ਸਕਦੇ ਨੇ। ਬਿਲਕੁਲ ਭਤੀਜੇ, ਫੂਡ ਇੰਸਪੈਕਟਰ ਆ ਰਿਹਾ ਮੇਰੇ ਢਾਬੇ ਤੇ। ਜ਼ੀਰੋ ਮਿਲੇਗਾ ਜ਼ੀਰੋ, ਤੂੰ ਹੀਰੋ ਨਹੀਂ ਜ਼ੀਰੋ ਹੈ, ਤੇ ਤੇਰੇ ਢਾਬੇ ਨੂੰ ਵੀ 0 ਸਟਾਰ ਮਿਲੂਗਾ। ਆ ਕੀ ਹੈਗਾ ਤੇਰੇ ਢਾਬੇ ਵਿੱਚ? ਆ ਹੱਸੋ ਹੱਸੋ, ਵਿਖਾਓ ਆਪਣੀ ਬੱਤੀ ਸੀ। ਓਏ ਮਿਮਿਕਰੀ, ਤੂੰ ਫਿਕਰ ਨਾ ਕਰ, ਅਸੀਂ ਬਣਾ ਦਿਆਂਗੇ ਤੇਰੇ ਢਾਬੇ ਨੂੰ 5 ਸਟਾਰ। ਲੋਕੀ ਵੇਖਦੇ ਹੀ ਕਹਿਣਗੇ, ਵਾਹ ਕਮਾਲ ਢਾਬਾ ਹੈ। ਓਏ ਭਤੀਜੇ, ਮੈਂ ਜ਼ਿਆਦਾ ਤੇ ਨਹੀਂ ਬੋਲ ਦਿੱਤਾ? ਚਾਚੂ ਹੁਣ ਬੋਲ ਦਿੱਤਾ ਹੈ ਤਾਂ ਕਰ ਵੀ ਦਿਖਾਵਾਂਗੇ। ਇਹ ਹੋਵੇਗੀ ਇਸ ਢਾਬੇ ਦੀ ਨਵੀਂ ਲੁੱਕ। ਓਏ ਜੀ ਭਤੀਜੇ, ਤੁਸੀਂ ਗ੍ਰੇਟ ਹੋ। ਚੰਗਾ ਹੈ ਚੰਗਾ ਹੈ, ਕਲਮ ਵਾਲਾ ਬਾਬਾ ਠੀਕ ਕਹਿੰਦਾ ਹੈ, ਸੱਚੇ ਦੋਸਤੀ ਦੋਸਤ ਦੇ ਕੰਮ ਆਉਂਦੇ ਹਨ। ਇਸ ਢਾਬੇ ਵਿੱਚ 5 ਸਟਾਰ ਦੀ ਕ੍ਰਾਂਤੀ ਆਏਗੀ। ਇੱਕ ਸਮੋਸਾ ਬਚਿਆ ਹੈ, ਖਾਵਾਂ ਕਿ ਨਹੀਂ ਖਾਵਾਂ? ਹੁਣ ਤਾਂ ਮਿਮਿਕਰੀ ਦਾ ਢਾਬਾ ਬਣੇਗਾ 5 ਸਟਾਰ ਢਾਬਾ, ਫਿਰ ਸਿਕਿਉਰਿਟੀ ਵੀ ਵਧੇਗੀ, ਫਿਰ ਕੀ ਚੋਰੀ ਕਰਕੇ ਖਾਵਾਂਗਾ? ਕੰਟੀਨੈਂਟਲ ਚਾਈਨੀਜ਼ ਖਾਣਾ ਮੈਨੂੰ ਚਾਹੀਦਾ ਹੈ, ਮੇਰਾ ਦੇਸੀ ਖਾਣਾ। ਦਾਲ ਤੜਕਾ, ਪਨੀਰ ਮੱਖਣੀ, ਮਲਾਈ ਕੋਫਤਾ, ਮਟਰ ਪਨੀਰ, ਬੈਂਗਨ ਭਰਤਾ, ਪਾਲਕ ਪਨੀਰ, ਸ਼ਾਹੀ ਪੁਲਾਓ, ਬਿਰਿਆਨੀ, ਮੱਕੀ ਦੀ ਰੋਟੀ, ਆਲੂ ਪਰੌਂਠਾ, ਮੇਰੇ ਮੂੰਹ ਵਿੱਚ ਪਾਣੀ ਆ ਗਿਆ। ਨਹੀਂ ਬਣਾਉਣ ਦਿਆਂਗਾ, ਨਹੀਂ ਬਣਾਉਣ ਦਿਆਂਗਾ, ਮਿਮਿਕਰੀ ਭਾਈ ਦੇ ਢਾਬੇ ਨੂੰ 5 ਸਟਾਰ ਹੋਟਲ ਨਹੀਂ ਬਣਾਉਣ ਦਿਆਂਗਾ। ਮੇਰਾ ਨਾਂ ਹੈ ਖਾਊ ਚੋਰ, ਇਹ ਦਿਲ ਮੰਗੇ ਮੋਰ। ਮਿਮਿਕਰੀ ਅੰਕਲ, 5 ਸਟਾਰ ਹੋਟਲ ਵਿੱਚ ਹਰ ਤਰ੍ਹਾਂ ਦਾ ਖਾਣਾ ਬਣਦਾ ਹੈ, ਚਾਈਨੀਜ਼, ਕੰਟੀਨੈਂਟਲ, ਇਟਾਲੀਅਨ, ਮੈਕਸੀਕਨ। ਓਏ ਭਤੀਜੇ, ਇਹ ਦੇਸ਼ਾਂ ਦੇ ਨਾਂ ਨੇ ਜਾਂ ਖਾਣ ਦੇ? ਓਹੋ ਚਾਚੂ, ਖਾਣ ਦੇ ਨਾਂ ਉਸ ਦੇਸ਼ ਦੇ ਨਾਂ ਨਾਲ ਹੀ ਬੁਲਾਏ ਜਾਂਦੇ ਨੇ। ਮੈਂ ਤਾਂ ਇਹਨਾਂ ਦੇ ਦੇਸ਼ਾਂ ਦੇ ਨਾਂ ਵੀ ਨਹੀਂ ਸੁਣਿਆ, ਖਾਣਾ ਤਾਂ ਦੂਰ ਦੀ ਗੱਲ ਹੈ। ਕੋਈ ਗੱਲ ਨਹੀਂ ਮਿਮਿਕਰੀ ਅੰਕਲ, ਮੈਂ ਇੰਟਰਨੈਟ ਤੋਂ ਰੈਸਿਪੀ ਪੜ੍ਹ ਕੇ ਤੁਹਾਨੂੰ ਸੁਣਾਉਣਾ, ਤੁਸੀਂ ਬਿਲਕੁਲ ਓਦਾਂ ਦਾ ਹੀ ਖਾਣਾ ਬਣਾਇਓ। ਅੱਛਾ, ਮਿਲ ਗਿਆ। ਓ ਜੀ ਸਾਹਿਬ ਜੀ, ਮਿਮਿਕਰੀ ਜੀ, ਮੈਂ ਤੁਹਾਡਾ ਅਸਿਸਟੈਂਟ ਹਾਂ, ਚਿੰਗ ਚੌਂਗ ਚੂੰ। ਆਲੋ ਆਲੋ, ਵਧੀਆ ਹੈ। ਹੁਣ ਅਸੀਂ ਇਸ ਖਾਣੇ ਨੂੰ ਹਲਕੇ ਜਿਹੇ ਸੇਕ ਉੱਤੇ ਰੱਖਾਂਗੇ ਤਾਂ ਜੋ ਇਹ ਖਾਣਾ ਫੂਡ ਇੰਸਪੈਕਟਰ ਦੇ ਆਉਣ ਤੱਕ ਗਰਮ ਰਵੇ।
मेरा नाम है खाऊ चोर, ए दिल मंगे मोर, सारा खाना खा जावांगा, ता किवे मिलेंगे 5 स्टार, हुणे ने चन्ना सारिया नु। हेलो जी, आ गए? अन्ना अन्ना, मेरा मतलब है आना आना, 5 मिनट च नहीं, मेरा मतलब है आ जाओ आ जाओ। आ गया ए, इंस्पेक्टर भी आ गया मेरे ढाबे का तमाशा वेखन, हुण की मुंह विखावांगा मैं उन्हूं, 5 स्टार की बजाय 0 स्टार मिलेगा ढाबे नूं। ओए हुण आया ना ऊंट पहाड़ दे थल्ले। मिमिक्री अंकल, इरादे ने खौन ता मेहनत बेकार नहीं जांदी, कोशिश करन वालियां दी कदे हार नहीं हुंदी। ओए भतीजे, ए सब 5 मिंट विच किवें ठीक होवेगा? सुनो सारे जने, तुहाडे सारियां लई इक ऑफर है, जे तुसी ढाबे नू पहला वांगू ही सजा दोगे ता तुहानू पास मिलूगा। ओए वाह भतीजे, ओ तेरा कोई जवाब नहीं। पर सारा कॉन्टिनेंटल ते चाइनीज खाना तो चोरी हो गया, ते हुण ओनू की समोसे ते आलू दे परौंठे खवावांगे? फिकर नॉट मिमिक्री अंकल, ओदा भी तोड़ है मेरे कोल, चाचू तुसी सर्विस वेटर बनोगे ते मैं लवांगा ऑर्डर। वेलकम मिस्टर तारी, वेलकम, मिमिक्री अंकल दे ढाबे विच तुहाडा स्वागत है। चाचू स्वागत नहीं करोगे इन्हां दा? ओए जी, रिफ्रेशिंग ठंडा ठंडा नारियल पानी, ओ खास तोडे लई। ओ किहो जा लग्या साडा ढाबा? अजे ता खेड बाकी है प्यारे, इन्ने सोखे नहीं मिलदे 5 सितारे। हां सर, मैं की तोडे लई स्टार्टर्स लेके आवां। मेरा नाम है खाऊ चोर, ए दिल मंगे मोर, हुण कित्थो आवेगा ऑर्डर कित्ता होया खाना? अच्छा ए दसो, तुहाडे ढाबे दा स्पेशल स्टार्टर की हैगा प्यारे? ओवें ता बहुत वधिया डिशेस ने, पर साडा स्पेशल है 20 ट्रायंगुलर बैट आउटसाइड एंड मटर पोटैटो स्पाइसी मिक्सचर इनसाइड। दैट साउंड्स इंटरेस्टिंग, खवाओ खवाओ। भतीजे एक ही ऑर्डर ले लिया, 20 ट्रायंगुलर बैट आउटसाइड एंड मटर पोटैटो स्पाइसी मिक्सचर इनसाइड, यानी समोसा, देसी खाना इन 5 स्टार स्टाइल। वाह भतीजे, अंग्रेजी भाषा विच देसी खाना। एक ही सी? ए साडे ढाबे दी स्पेशल फ्लाइंग सर्विस है, असी हर चीज हवा विच उड़ा के सर्विस करदे हां, एंटरटेनमेंट यू सी। मुंह विच कुरकुरा तमाका होया प्यारे, पर एने सोखे नहीं मिलदे सितारे। मेन कोर्स ते डेजर्ट विच की है, ए ता दसो। मेन कोर्स विच भी बहुत ही स्वाद डिशेस ने, पर साडा स्पेशल है देसी पिज़्ज़ा, पोटैटो ग्रेन्स बेस्ड पिज़्ज़ा विद बटर गार्लिक टॉपिंग एंड कर्ड। ता खवाओ। ये साडा देसी आलू दा परौंठा ते मक्खन। साडा डेजर्ट है मैरी गो राउंड राउंड एंड राउंड क्रंची स्वीट फ्राइड बटर विद शुगरी स्वीट लिक्विड इनसाइड। मिमिक्री अंकल, जलेबी खवाओ। वाह मजा आ गया प्यारे, इस ढाबे नु मिलदे हन 5 तारे, मतलब 5 सितारे। Uh-oh.
चाचू छतरी दा उड़न खटोला। बंदुकनी जी रेडी? रेडी। बहादुर अंकल ब्रेक लाओ। ओ चाचे खोल दे छतरी। ओ जी लो जी हेलो। बुरे काम दा बुरा नतीजा। क्यों भाई चाचा? ओए हाँ भतीजा।